ਪੰਜਾਬ 'ਚ ਤੁਹਾਡੀ ਜਥੇਬੰਦੀ ਕੀ ਕਰੇਗੀ? ਚੋਣਾਵੀ ਰੈਲੀਆਂ ਦਾ ਵਿਰੋਧ ਕਰੇਗੀ ਜਾਂ ਕਿਸੇ ਇੱਕ ਪਾਰਟੀ ਦਾ ਵਿਰੋਧ ਕਰੇਗੀ? ਮੁੱਖ ਵਿਰੋਧੀ ਪਾਰਟੀ ਹੈਗੀ ਬੀਜੇਪੀ। ਅਸੀਂ ਉਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦਿੰਦੇ, ਅਸੀਂ ਉਹਨਾਂ ਨੂੰ ਸ਼ਹਿਰਾਂ 'ਚ ਨਹੀਂ ਵੜਨ ਦਿੰਦੇ। ਜਿਹੜੀਆਂ ਦੂਜੀਆਂ ਪਾਰਟੀਆਂ ਨੇ ਭਾਵੇਂ ਦੁੱਧ ਧੋਤੇ ਉਹ ਵੀ ਨਹੀਂ, ਇਹਨਾਂ ਨੂੰ ਅਸੀਂ ਸਵਾਲ ਪੁੱਛਾਂਗੇ। ਸਾਰੇ ਜਥੇਬੰਦੀਆਂ ਦੇ ਲੀਡਰ ਆ, ਉਹ ਇੱਕ ਪੇਜ 'ਤੇ ਹੱਲੇ ਵੀ ਨਹੀਂ ਆ ਪਾਏ। ਵੱਡੇ ਬਖਰੇਵੇਂ ਹੈਗੇ ਨੇ ਸਾਡੇ ਵਿਚਾਰ ਤਰਕ, ਉਹ ਮਿਟੇ ਨਹੀਂ। ਮਿਨੀਮਮ ਪ੍ਰੋਗਰਾਮ 'ਤੇ ਅਸੀਂ ਇਕੱਠੇ ਹਾਂ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਆ ਕਿ ਉਹਨਾਂ ਨੇ ਵੱਡੀ ਗਿਣਤੀ 'ਚ ਕਿਸਾਨਾਂ ਦੇ ਕਰਜ਼ੇ ਮਾਫ਼ ਕੀਤੇ। ਕੈਪਟਨ ਸਾਹਿਬ ਨੇ ਨਾ ਕਿਸਾਨਾਂ ਨਾਲ ਧੋਖਾ ਕੀਤਾ। ਸਾਰੇ ਕਿਸਾਨ ਆਗੂ ਗਏ ਕਿਉਂ ਨਹੀਂ ਚੀਫ ਮਿਨਿਸਟਰ ਕੋਲ ਗੱਲ ਲੈ ਕੇ ਕਿ ਤੁਸੀਂ ਜੋ ਵਾਅਦਾ ਕੀਤਾ ਸੀ ਉਹਦੇ ਮੁਤਾਬਕ ਨਹੀਂ ਮਿਲਿਆ? ਬਹੁਤ ਵਾਰੀ ਕੀਤੀਆਂ ਨੇ ਇਹ ਗੱਲਾਂ, ਪੈਸੇ ਨਹੀਂ, ਖਜ਼ਾਨਾ ਹੀ ਨਹੀਂ ਜੀ, ਫਿਰ ਤੁਸੀਂ ਵਾਅਦੇ ਕਿਉਂ ਕੀਤੇ ਨੇ? ਅਤੇ ਹੁਣ ਜਦੋਂ ਇਹਨਾਂ ਨੇ ਕਿਹਾ ਹੈ ਕਿਸਾਨ ਅੰਦੋਲਨ ਦੇ ਕਾਰਨ ਆਰਥਿਕ ਸਥਿਤੀ ਕਮਜ਼ੋਰ ਹੋ ਰਹੀ ਹੈ, ਇਹਦੇ ਨਾਲ ਟੋਲ ਪਲਾਜ਼ਾ 'ਤੇ ਬੈਠੇ ਹਾਂ, 800 ਕਰੋੜ ਦਾ, 900 ਕਰੋੜ ਦਾ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੇ ਤੁਸੀਂ ਧਰਨੇ ਲਾਉਣੇ ਹੈ ਤਾਂ ਜਾ ਕੇ ਹਰਿਆਣੇ 'ਚ ਦਿੱਲੀ ਦੇ ਬਾਰਡਰਾਂ 'ਤੇ ਲਾਓ ਧਰਨੇ। ਇਸ ਸਾਲ ਬਾਅਦ ਅਮਰਿੰਦਰ ਨੂੰ ਕਿਵੇਂ ਇਹ ਆ ਗਿਆ ਯਾਦ, ਇਹ ਬੀਜੇਪੀ ਨੇ ਤਾਂ ਨਹੀਂ ਕਿਤੇ ਸੁਨੇਹਾ ਭੇਜਦਾ? ਕਿਸਾਨ ਪੋਲੀਟੀਕਲ ਪਾਰਟੀ ਬਣਾ ਸਕਦੇ ਹਾਂ? ਆਉਣ ਵਾਲੇ ਸਮਾਂ ਹੀ ਦੱਸੂਗਾ। ਰਾਜੇਵਾਲ ਸਾਹਿਬ ਔਰ ਚੜੂਨੀ ਚੋਣ ਲੜਨ ਦੀ ਗੱਲ ਹੈ, ਉਹਦੇ 'ਤੇ ਆਪਸ 'ਚ ਸਹਿਮਤ ਨਹੀਂ? ਚੰਡੂਨੀ ਸਾਹਿਬ ਪਹਿਲਾਂ ਵੀ ਚੋਣ ਲੜੇ ਨੇ, ਇਸ ਵੇਲੇ ਇਹ ਗੱਲ ਥੋੜ੍ਹੀ ਜਿਹੀ ਇਹ ਤੋਂ ਗਰੇਜ ਕਰਨਾ ਚਾਹੀਦਾ। ਅਗਰ ਪ੍ਰਾਈਮ ਮਿਨਿਸਟਰ ਰੈਲੀ ਕਰਨਾ ਚਾਹੁਣ ਪੰਜਾਬ 'ਚ, ਪੂਰਾ ਵਿਰੋਧ ਕਰਾਂਗੇ ਡਟ ਕੇ। ਤੁਹਾਨੂੰ ਨਹੀਂ ਲੱਗਦਾ ਕਿ ਉਹਦੇ ਨਾਲ ਸਿਆਸੀ ਮਾਹੌਲ ਖਰਾਬ ਹੋਊਗਾ? ਮਾਹੌਲ ਕੁਛ ਵੀ ਹੋਵੇ, ਮਾਹੌਲ ਦੀ ਜ਼ਿੰਮੇਵਾਰੀ ਉਹਨਾਂ ਦੀ। ABP Sanjha, Josh, Jazba, Junoon.